ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਡੇ ਵਾਸਤੇ ਪਹਿਲੇ ਵੀ ਸੋਹਣੇ ਅਤੇ ਖੂਬਸੂਰਤ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਫਿਰ ਲੈ ਕੇ ਆਇਆ ਇੱਕ ਵਲੈਤਨ ਨਸਲ ਦੀ ਗਾਂ। ਕੈਮਰਾਮੈਨ ਗਾਂ ਵਿਖਾਉਂਦੇ ਨੇ। ਗਾਂ ਵੇਖਣ ਤੋਂ ਪਹਿਲੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਬਿਲਕੁਲ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਇੱਕ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜਾਂ ਰਿਕੁਐਸਟ ਇਹ ਹੈ ਕਿ ਸਾਡੇ ਇੱਕ ਦੋਸਤ ਨੇ ਕਮੈਂਟ ਕੀਤਾ ਹੈ, ਮੈਂ ਸ਼ੁਕਰੀਆ ਅਦਾ ਕੀਤਾ ਇਹਨਾਂ ਕਾਫੀ ਵੀਡੀਓ ਦੇ ਵਿੱਚ, ਹਾਜੀ ਸਾਹਿਬ ਦਾ, ਉਸਤਾਦ ਮੁਹਤਰਮ ਦਾ, ਅਤੇ ਇਨਸ਼ਾਅੱਲਾ ਕਰਦਾ ਰਹਾਂਗਾ। ਉਹਨਾਂ ਨੇ ਥੱਲੇ ਕਮੈਂਟ ਕੀਤਾ ਕਿ ਉਸਤਾਦਾਂ ਦੀ ਜਾਨ ਛੱਡ ਦੇਵੋ। ਮੈਂ ਉਹਨਾਂ ਦਾ ਨਾਮ ਤਾਂ ਨਹੀਂ ਲੈਣਾ ਚਾਹੁੰਦਾ, ਲੇਕਿਨ ਉਹਨਾਂ ਨੂੰ ਮੈਂ ਪੈਗਾਮ ਇਹ ਦੇਣਾ ਚਾਹੁੰਦਾ ਕਿ ਉਸਤਾਦਾਂ ਦੇ ਲੜ ਲੱਗਿਆ ਹੀ ਕੁਛ ਬਣਦਾ। ਮੈਂ ਜਾਨ ਨਾ ਛੱਡਣੀ ਹੈ ਇਨਸ਼ਾਅੱਲਾ, ਤਾਂ ਨਾ ਛੱਡ ਸਕਦੇ ਹਾਂ, ਅਤੇ ਉਹ ਸੁਣ ਰਹੇ ਹਨ, ਉਹਨਾਂ ਨੂੰ ਪੈਗਾਮ ਹੈ। ਚਲੋ, ਕਮੈਂਟ ਤੁਸੀਂ ਕਰ ਦਿੱਤਾ, ਤੁਹਾਡੀ ਨਵਾਜ਼ਿਸ਼ ਹੈ, ਮੁਹੱਬਤ ਹੈ, ਲੇਕਿਨ ਅਗਰ ਤੁਹਾਡਾ ਵੀ ਕੋਈ ਨਹੀਂ ਨਾ ਉਸਤਾਦ, ਤਾਂ ਤੁਸੀਂ ਵੀ ਉਸਤਾਦ ਫੜ ਲਵੋ। ਉਸਤਾਦਾਂ ਦੇ ਲੜ ਦਾ ਗਿਆ ਜਿਹੜੇ ਸ਼ੋਬੇ ਦੇ ਵਿੱਚ ਹੋ, ਇਹ ਵੀਡੀਓ ਦੇ ਵਿੱਚ ਜਾਂ ਕੋਈ ਵੀ ਹੋਰ ਹੈ ਨਾ ਤੁਹਾਡਾ ਸ਼ੋਭਾ, ਜਿਹੜੇ ਸ਼ੋਬੇ ਦੇ ਵਿੱਚ ਵੀ ਉਹ ਉਸਤਾਦ ਫੜ ਲਵੋ, ਅਤੇ ਇਨਸ਼ਾਅੱਲਾ ਤਰ ਜਾ ਸੋ। ਕੈਮਰਾਮੈਨ ਗਾਂ ਵਿਖਾਵੋ। ਇਹ ਕਾਲਾ ਥਣਾ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ। ਹਾਂਜੀ। ਅੱਛਾ, ਉਹਨੇ ਕੀ ਥਣਾ ਬੜੀ ਅਹਿਮੀਅਤ ਰੱਖਦਾ ਗਾਉਂਦਾ। ਅੱਛਾ, ਹਾਂਜੀ। ਹੁਣ ਇਹ ਤਾਂ ਹੈ ਹੀ, ਉਹ ਖੜੋਤੀ ਥੋੜੀ ਜਿਹੀ ਖੱਗੜ ਨੂੰ ਥਣਾ ਤੇ ਕੀ ਮਾਰੀਏ। ਜ਼ਰੂਰੀ ਹੈ। ਅੱਛਾ, ਨਹੀਂ ਕਾਲਾ ਥਣ ਕਿਸੇ ਗਾਂ ਦਾ ਹੀ ਵੇਖ ਲਓ ਜੀ। ਹਾਂ, ਉਹਦੀ ਜ਼ਿਆਦਾ ਅਹਿਮੀਅਤ। ਚਲੋ, ਆ ਕੈਮਰਾ ਮਾਰ ਸਕਦੇ ਹਾਂ ਜੀ, ਤੇ ਥਣਾ ਦੇ ਕਾਲੇ ਥਣ ਤੇ ਇਸੂਆ। ਛੋਈ ਗਤੰਦੇ ਨੇ ਵਿੱਚ ਛੋਈ ਤੇ ਅੱਜ ਮੇਰੀ ਸੁੱਕੀ ਛੇਲ। ਤੁਸੀਂ ਵੀ ਮੈਨੂੰ ਪੱਠਿਆਂ ਦਾ ਟਾਲ ਹੀ ਲਾਇਆ ਹੋਇਆ। ਹਾਂ, ਸੁੱਕੀ ਛੇਲ ਤੇ ਛੋਈ। ਇੱਥੇ ਗਾਂ ਕੀ ਦੇਣਾ ਤੁਹਾਨੂੰ, ਤੇ ਕੀ ਤੁਸੀਂ ਲੈਣਾ ਪੱਠੇ? ਦੋਸਤ ਵੇਖੋ ਨਾ, ਤੁਸੀਂ ਲਾਂਦੇ ਪੱਠੇ ਚੰਗੇ ਹੋਣ ਤੇ ਮਾਸ਼ਾਅੱਲਾ ਗਾਂ ਤਾਂ ਬੜੀ ਨਸਰੀ ਆਈ। ਪਰ ਤੁਸੀਂ ਨਸਲੀ ਛੱਡੀ ਕਾਹ ਨਹੀਂ ਜਿਹੜੀ ਚੱਲ ਰਹੀ ਹੈ। ਚੰਗੀ ਲੱਗ ਜਾਂਦੀ ਹੈ ਇਹਨੂੰ ਟੋਰ ਆ ਯਾਰ। ਗਾਂ ਨੂੰ ਕੋਈ ਪੱਟੇ ਛਿੱਟੇ ਗੱਤੋ ਆ ਤਾਂ ਮਾਂ ਚੱਲੇ, ਜਿਹੜੀ ਗਾਂ ਦੀ ਲੰਬਾਈ ਛੰਬਾਈ ਆਈ ਤਾਂ ਬਣ ਬਣ ਉੱਥੇ ਬਣ ਪੀ ਕੇ ਵਿਖਾ ਲਈਏ ਜੋ ਇਹ ਦੋਸਤਾਂ ਨੇ ਵੇਖ ਲਿਓ। ਲੈ ਆਓ ਜੀ, ਆਓ ਬਾਈ ਜਾਨ, ਆਓ ਜੀ ਅੱਗੂ। ਵਾਲੇਕੁਮ ਅਸਲਾਮ, ਕੀ ਹਾਲ ਹੈ ਜਨਾਬ? ਖੁਰਾਕ ਦੀ ਕੋਈ ਰੁਟੀਨ ਕੋਈ ਨੀ, ਇੱਕ ਤਾਂ ਮਤਲਬ ਕਿ ਆਹ ਰਾਉਂਡਰ ਹੀ ਕੋਈ ਨੀ, ਜਦੋਂ ਮੌਸਮ ਖਰਾਬ ਹੋ ਜਾਵੇ ਉੱਕਾ ਹੀ ਕੋਈ ਨੀ ਹੁੰਦੀ, ਮੌਸਮ ਹੀ ਖਰਾਬ ਆ, ਜੱਲਾ ਕੀਤਾ ਕੋਈ ਧੁੱਪ ਨਿਕਲੀ ਹੈ,
ਤੇ ਬਾਕੀ ਗਾਂ ਦੇ ਬਾਰੇ ਜਨਾਬ ਸਾਨੂੰ ਕੋਈ ਡਿਟੇਲ ਦੱਸੋ ਕਿ ਕੀ ਹੈ, ਕਿਤਵਾ ਸੁਬਾ ਸੁਮਣਾ ਹੀ ਸੁਗਿਆ ਇਹ ਗਾਂ? ਦੂਸਰਾ ਸੁਬਾ ਸੁਣਾ, ਪਹਿਲਾ ਸੁਬਾ ਤੇ ਗਾਰੇ ਸੁਵਾਈ ਹੈ, ਗਾਰੇ ਸੁਵਾਈ ਨੇ। ਹਾਂਜੀ, ਮਾਸ਼ਾਅੱਲਾ 12 13 ਕਿਲੋ ਤੋਂ ਦਿੰਦੇ ਰਹੀ ਹੋਈ ਪੱਠੇ ਬਾੜਾ ਥਾਏ ਸਾਡੇ ਕੋਈ ਰੇਡਾ ਮਾੜੇ ਬੰਦੇ ਆ। ਠੀਕ ਹੋ ਗਿਆ ਤੇ ਇਸ ਟਾਈਮ ਮਾਈ ਨੂੰ ਤੀਸਰਾ ਮਹੀਨਾ ਗਾਂ ਤੀਸਰਾ ਮਹੀਨਾ ਤੀਸਰਾ ਮਹੀਨੇ ਦੀ ਬਣੀ ਹੋਈ ਪੱਕੀ ਇਨਸ਼ਾਅੱਲਾ ਤਾਲਾ ਪੱਕੀ। ਜੇਕਰ ਸਾਡੇ ਦੋਸਤ ਕੋਈ ਪਸੰਦ ਕਰਦੇ ਨਾ ਚੈੱਕ ਕਰਾ ਕੇ ਦੇਵਾਂਗੇ, ਚੈੱਕ ਕਰਾ ਕੇ ਦੱਸੋ, ਚੈੱਕ ਕਰਾ ਕੇ ਦੇਵਾਂਗੇ ਪੱਕੀ। ਕਿਉਂਕਿ ਬਾਈ ਤੁਹਾਡਾ ਨਾਮ ਅਮੀਰ ਅਹਿਮਦ ਦੇ ਬਾਈ ਹੋਰਾਂ ਦਾ ਨਾਮ ਅਮੀਰ ਅਹਿਮਦ, 414 ਇਹਦੀ ਆਬਾਦੀ ਹੈ ਜੀ ਪਿੰਡ ਦੀ, ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਜਿੱਥੇ ਗਾਂ ਖਲੋਤੀ ਹੈ, ਵਲੈਤਾਂ ਨਸਲ ਦੀ ਹੈ। ਪਹਿਲੇ ਸੂਬੇ ਕਿੰਨਾ ਦੇ ਘਰ ਦੀ ਨੇ ਕਿ ਵਪਾਰ ਦੀ? ਘਰ ਦੀ ਗਾਂ ਕਨਫਰਮ ਹੈ, ਕਨਫਰਮ ਘਰ ਦੀ। ਪਹਿਲੇ ਸੂਬੇ ਕਿੰਨਾ ਚੁੰਦੇ ਰਹੇ ਨੇ? 12 ਕਿਲੋ ਦੁੱਧ ਚੁੰਦੇ ਰਹੇ ਅਸੀਂ ਦੋਵਾਂ ਟਾਈਮਾਂ। ਅੱਛਾ, ਕਿੰਨੇ ਦਿਨ ਹੋ ਗਏ ਸੂਈ ਨੂੰ ਕਿ ਪਹਿਲੇ ਸੂਬੇ ਤੇ? ਹੁਣ ਖੰਗੇੜੇ ਚ ਗਣੀ ਜਾਣੀ ਨੇ, ਕਿਉਂਕਿ ਹੋਈ ਹੋਈ ਵੀ ਆ, ਬੱਚਾ ਅਗਲਾ ਕੋਈ ਨਹੀਂ ਇਸ ਤਰ੍ਹਾਂ ਦਾ। ਬੱਚਾ ਅਗਲਾ ਇਸ ਟਾਈਮ ਕੋ ਦੁੱਧ ਚੁੰਦੇ ਪਿਓ ਵੇ? ਹੁਣ ਇਸ ਟਾਈਮ ਹਾਜ਼ਰ ਦੁੱਧ ਜਿਹੜਾ ਚੋਰ ਹੈ ਜੀ, 3.5 ਕਿਲੋ ਪੱਕਾ ਦੋ ਤੇ ਕੂੜ ਮਾਰੀ, 4 ਕਿਲੋ ਦੱਸ ਕੇ ਲੈਣਾ ਕਿ ਨਹੀਂ? ਝੂਠ ਮਾਰ ਲਵਾ, ਸਾਨੂੰ ਚਵਾ ਲਵਣਾ ਨਹੀਂ, ਤੁਸੀਂ 10 ਕਿਲੋ ਦੱਸੋ ਜੀ। ਬੇਸ਼ੱਕ ਚਵਾ ਲਓ, 3 ਕਿਲੋ ਤੇ 3.5 ਕਿਲੋ ਪੱਕਾ ਦੋ, ਝੂਠ ਨਾ ਸਾਨੂੰ ਕੋਈ ਨਹੀਂ ਕਰਦਾ। ਦੋਵਾਂ ਟਾਈਮਾਂ ਦਾ ਜੀ, ਦੋਵਾਂ ਟਾਈਮਾਂ ਦਾ। ਅੱਛਾ ਠੀਕ ਹੈ ਦੋਸਤੋ, ਇਨਸ਼ਾਅੱਲਾ ਜਿਹੜਾ ਦੱਸਾਂਗੇ ਸਾਨੂੰ ਨਾਲ ਇਹ ਵੀ ਹੈ ਨਾ, ਜੇ ਦੁਪਹਿਰੇ ਪੁਰਾਣਾ ਕੋਈ ਆ ਵੀ ਗਿਆ ਹੈ, ਅਸਾਂ ਥਾਪੀ ਮਾਰਨੀ ਹੈ, ਥੱਲੇ ਬਹਿ ਜਾਣਾ, ਕੋਈ ਮਸਲਾ ਨਹੀਂ ਸਾਨੂੰ। ਅੱਛਾ, ਜੇ ਅਸੀਲ ਸਭ ਵੀ ਸਾਨੂੰ ਵਿਖਾਓ ਜੀ, ਥਾਣਾ ਨੂੰ ਹੱਥ ਲਾਓ, ਥਾਪੀ ਮਾਰੋ ਕਾ ਬਾਲਾ, ਤੁਸੀਂ ਆ ਵੀ ਲਾਓ ਨਾ ਇਹ ਬਾਈ ਜੀ, ਥਾਪੀ ਮਾਰ ਕੇ ਬਜਾਏ ਵੇਖ ਲੈਣੇ ਤਜਰਬਾ। ਠੀਕ ਹੋ ਗਿਆ ਦੋਸਤੋ, ਵੇਖ ਲਈ ਤੁਸੀਂ ਮਾਸ਼ਾਅੱਲਾ, ਅਸੀਲ ਸਭ ਤਾਂ ਹੈ, ਮਾੜੀ ਹੈ, ਹੁਣ ਮਾੜੀ ਦਾ ਇਲਾਜ ਤੁਹਾਨੂੰ ਵੀ ਪਤਾ, ਤੁਹਾਡੇ ਮਾੜੀ ਕਾਇ ਨਹੀਂ ਬਾਈ ਜੀ, ਆਖੀ ਜਾਂਦੇ ਆ ਮਾਸ਼ਾਅੱਲਾ ਤਾਂ ਚਾਹ ਮਾੜੀ ਤਾਂ ਬੰਦਾ ਚਾਹ ਲਵੇ। ਮੈਂ ਤਾਂ ਵੀਡੀਓ ਬਣਾਉ ਵੀ ਕੋਈ ਨਾ, ਸੋ ਮੈਂ ਆਖਿਆ ਦੋਸਤ ਆਖਣਾ ਵੀ ਇਹਨੂੰ ਮਾੜੇ ਹੀ ਜਾਨਵਰ ਲੱਭਦੇ ਪੈਣ, ਬਹਰਹਾਲ ਸਾਡੇ ਬਾਈ ਨੂੰ ਕੁਲੀ ਕਹਿਣਗੇ, ਇਹਨਾਂ ਦੀ ਵੀ ਕੋਈ ਮਜਬੂਰੀ ਹੈ ਜਿਸ ਵਜ੍ਹਾ ਤੋਂ ਇਹ ਸੇਲ ਕਰ ਰਹੇ ਨੇ। ਇਹਦੀ ਹੁਣ ਪਿਆਰੀ ਜੀ ਕੀਮਤ ਦੱਸੋ ਫਾਈਨਲ ਜੀ, ਲੱਖ ਰੁਪਈਆ ਬਾਈ ਨੇ ਮਸਕਤ ਜਾਣਾ ਸ਼ਾਇਦ, ਲੱਖ ਹੀ ਤੁਸੀਂ ਮਸਕਤ ਜਾਵਣ, ਮਸਕਤ ਗਾਂ ਦੇ ਸਿਰੋਂ ਨਹੀਂ ਜਵੀ ਨਹੀਂ, ਕੋਈ ਹੋਰ ਹਿਸਾਬ ਲਾ। ਗੱਬਣ ਦੱਸੀ ਹੈ ਜਨਾਬ, ਗੱਬਣ ਦੱਸ, 3 ਮਹੀਨੇ ਹੋ ਗਏ ਨੇ ਇਹਨੂੰ ਹੋਈ ਹੋਈ ਨੂੰ, ਇਹਦੇ ਕੋਲ ਪਿਆਰ ਮੁਹੱਬਤ ਸਾਰੇ ਬਾਈ ਜਾਨ ਇਹ ਵੇਖਦੇ ਪਏ ਨੇ, ਹਰ ਕੋਈ ਕਾਰੋਬਾਰ ਕਰਦਾ ਪਿਆ, ਜਿਹੜਾ ਵੇਖ ਰਹੀ ਹੈ ਨਾ ਉਹਨਾਂ ਨੂੰ ਸਾਥ ਘੜੀ ਨਿਗਾਹ ਤੇਜ਼ ਹੈ, ਬਿਲਕੁਲ। ਲੇਕਿਨ ਬਾਈ ਜੀ ਮੰਗਣ ਤੋਂ ਬਾਅਦ 2 ਲੱਖ ਮੰਗੀ ਜਾਈ, ਜ਼ਬਾਨ ਕਿਹੜੇ ਕਿਸੇ ਫਸ ਲੈਣੀ ਜੀ, 90,000 ਤੱਕ ਇਸ ਗਾਂ ਦੇ ਫਾਈਨਲ ਦੇ, ਫਾਈਨਲ ਦੇ, ਕੋਈ ਇਸ ਤੋਂ ਹੋਰ ਪਿਆਰ ਮੁਹੱਬਤ ਨਹੀਂ, ਕੋਈ ਸਾਡੇ ਦੋਸਤ ਕਰਦੇ ਹਨ ਤੁਹਾਨੂੰ ਕਾਲ ਕੋ ਮੁਹੱਬਤ ਕਰ ਸਕਦੇ, ਜਦੋਂ ਕਰਨਗੇ ਫਿਰ ਵੇਖਾਂਗੇ, ਫਿਰ ਹਾਲ ਤਾਂ 90 ਤੱਕ ਇੱਕ ਰੁਪਈਆ ਹੀ ਨਹੀਂ ਛੱਡਣਾ, ਔਰ ਇੱਥੇ ਆ ਕੇ ਬੋਲ ਲੈ ਯਾਰ, ਰੁਪਈਆ ਤਾਂ ਬੰਦਾ ਛੱਡ ਦਿੰਦਾ ਹੁੰਦਾ, ਨਹੀਂ ਕੋਈ ਗੱਲ ਨਹੀਂ, ਛੱਡ ਸਾਂ ਪਿਆਰ ਮੁਹੱਬਤ ਕਰ ਸਨ ਜੀ, ਮਾਸ਼ਾਅੱਲਾ ਖੂਬਸੂਰਤ ਹੈ, ਕਾਦਾਵਰ ਹੈ, ਗਾਂ ਨੂੰ ਵੇਖ ਲਓ, ਲੰਬਾਈ ਵਿੱਚ ਵੀ ਹੈ, ਹਾਂ ਤੇ ਕੀਮਤ ਨੂੰ ਵੇਖ ਲਓ, ਕੀਮਤ ਦੀ ਕਾਇਨੀ ਤੇ ਗਾਂ ਮਾਸ਼ਾਅੱਲਾ ਢੇਰ ਸਾਰੀ ਬਾਈ, ਤਾਰੀਫਾਂ ਨਾ ਮੈਂ ਕਰਨੀਆਂ ਉਸਤਾਦਾਂ ਮੇਰੇ ਵੀ ਰੋਕਿਆ ਨਾ, ਰੱਬ ਦੀ ਜ਼ਾਤ ਦੀ ਜੋ ਹੈ ਬਾਈ ਤੁਸੀਂ ਵੇਖ ਲਈਏ, ਹਾਂਜੀ ਚਾਹੇ ਛੋਟੀ ਹੈ ਮੋਟੀ ਜੋ ਚੀਜ਼ ਵੀ ਤੁਸੀਂ ਦੇਖੋ, ਆਪਣੇ ਸਾਡੇ ਦੋਸਤਾਂ ਦੀ ਦੋ ਹੀ ਗਰੰਟੀਆਂ ਨੇ, ਇੱਕ 3 ਮਹੀਨੇ ਦੀ ਗੱਬਣ ਹੈ ਤੁਸੀਂ ਆਖਿਆ, ਇਹ ਉਹਨਾਂ ਗਰੰਟੀ ਨਾਲ ਚੈੱਕ ਕਰਵਾਉਣਾ, ਬਾਕੀ ਤੁਸੀਂ ਆਖ ਰਹੇ ਨੇ ਦੋਵਾਂ ਟਾਈਮਾਂ ਦਾ 3 ਕਿਲੋ ਦੁੱਧ, ਸਾਡੇ 3 ਕਿਲੋ 12 ਕਿਲੋ ਫਸਟ ਟਾਈਮ ਦਿੰਦੀ ਰਹੀ ਹੈ, ਦਿੰਦੀ ਰਹੀ ਪਹਿਲਾ ਸੂਆ ਤੇ ਦੂਸਰਾ ਸੂਆ ਹੁਣ ਜੇ ਨਹੀਂ ਬਣੀ 90,000 ਰੁਪਈਆ ਜੇ ਨੰਬਰ ਵੀ ਬਾਈ ਦਾ ਬੁਲਾ ਦਿੱਤਾ, ਜੇ ਜ਼ਿਆਦਾ ਵੀਡੀਓ ਲੰਬੀ ਹੋ ਰਹੀ ਹੈ ਤੁਸੀਂ ਖੁਦ ਪਸੰਦ ਕਰੋ, ਪਸੰਦ ਕਰਕੇ ਖਰੀਦ ਸਕਦੇ ਹੋ, ਅਸੀਂ ਇੱਕ ਵਾਰੀ ਫੇਰ ਕਹਿੰਦੇ ਹਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਦੇ ਨਾਲ ਪਹੁੰਚ ਸਕੇ। ਮਿਲਾਂਗੇ ਦੋਸਤੋ ਅਗਲੀ ਵੀਡੀਓ ਤੱਕ, ਇਜਾਜ਼ਤ ਦਿਓ, ਖੁਦਾ ਹਾਫਿਜ਼।